que estamos más que la diferencia. Pero yo me conté, creo. Me conté, yo te digo, no. No, no, no. जलंधर दे बस्ती गुजा दे मेन बाजार दे विच दिन दिहाड़े केड़ी वारदात होंदी है जिस दे विच तस्वीरां तुहानूं असीं दिखा रहे हैं उस बाजार दियां कित्थे जो है करियाने की दुकान दे नो जो है करियाने दुकान सवेरे कदों खुली जांदी है ते उस तो बाद जदों लुटेरिया वल्लों सवेरे केड़ी वारदात की जाती है पहले लुट्टन की वारत होंदी है ते उस तो बाद उन्हां दे चाकू दे वार किए जाते हैं इस दे विच लोग भी इत्थे पहुंचे हुए हैं असीं तुहानूं तस्वीर उस घर दियां तस्वीरां दिखाने हैं कित्थे हुण जो डिवीजन नंबर पुलिस भी इत्थे पहुंची है एसीपी साहब भी पहुंचे ने तुसीं इस दे बारे तुसीं तस्वीरां असीं जानते हैं पुलिस नाल भी गलबात करते हैगे हैं घर के बा जो घर के अंदर ही जो बाहर दुकान है तो तुम देख रहे हो उस तस्वीर थानू असी दिखा रहे हैं उसके अंदर भी जावे इस बारे एसीपी साहब साढ़े ना ने पहुंचे ने असी उन्होंने गलबात करते हैं एसीपी सीए स्टाफ की पहुंचे कुमार साहब की मामला की है की गलबात तो ही ये सुबह कोई अराउंड 6:15 परमजीत अरोड़ा नाम के कोई अराउंड 62 साल की उम्र है इन्हों की इन्होंने अपनी घर के दुकान है थले दुकान है उपर रेंदे ने आप शॉप खोली इन्होंने तो कोई अराउंड उस तो 10 मिनट बाद 6:30 कोई जिस तरह दस्या गया कि मुंडा आया उन्हें इन्होंने चाकू ना स्टैप किया तो कोई पैसे जोड़े कुछ सके गले 5-7 हज़ार रुपया अराउंड दस रहे हैं वो कहते जी खो गए मैं लै के फरार हो गया तो इन्हों की मौत हो गई है किन्ने जने आते हैं वार फिलहाल तो एक ही सस्पेक्ट है बाकी देखते हैं इन्वेस्टिगेशन चल रही है जिदा जिदा आएगा फिर उस हिसाब से लुटेरे लुट की वार से आए थे जैसे ही इस कतल करन दे मामले दे विच देखो जी फिलहाल जो प्राइमा फसाई है वो तो लुट की वारदात लग रही है बाकी देखते हैं की एंगल सीसीटीवी फुटेज दे विच आए हाँ कुछ आया एक बंदा भजदा आ रहा बाकी देख रहे हैं अभी तो कोई तेज हथियार कोई बरामद नहीं कोई तेज तरह हथियार कोई नहीं बरामद होया बाकी देख रहे हैं इन्वेस्टिगेट कर रहे हैं उस हिसाब से देखा मृतक तो है परमजीत सिंह परमजीत अरोड़ा 62 साल ਤੁਸੀਂ ਦੇਖਿਆ ਅਸੀਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਹੈ SHO ਸਬਾਨ ਵੀ ਪਹੁੰਚੇ ਹੋਏ ਨੇ ਜਿਸ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜੋ ਅਸੀਂ ਉਸ ਪਰਿਵਾਰ ਦੇ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿੱਥੇ ਉੱਪਰ ਘਰ ਹੈ ਥੱਲੇ ਕਰਿਆਨੇ ਦੀ ਦੁਕਾਨ ਹੈਗੀ ਹੈ ਜਿਸ ਦੇ ਦਿਨ ਦਿਹਾੜੇ ਕਿਹੜੀ ਹੈ ਵਾਰਦਾਤ ਹੁੰਦੀ ਹੈ ਸਵੇਰੇ 6 ਵਜੇ ਦੇ ਕਰੀਬ ਜੋ ਹੈ ਦੁਕਾਨ ਖੋਲ੍ਹਦੇ ਨੇ ਅਤੇ ਇੱਕ ਨੌਜਵਾਨ ਕਦੋਂ ਆਉਂਦਾ ਹੈ ਦੁਕਾਨ 'ਤੇ ਅਤੇ ਉਹਨਾਂ ਵੱਲੋਂ ਤੇਜ਼ ਹਥਿਆਰਾਂ ਦੇ ਨਾਲ ਜੋ ਹੈ ਵਾਰ ਕੀਤੇ ਜਾਂਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਕਰਿਆਨੇ ਦੀ ਦੁਕਾਨ ਹੈ ਉੱਪਰ ਉਹਨਾਂ ਦੇ ਘਰ ਹੈ ਥੱਲੇ ਕਰਿਆਨੇ ਦੀ ਦੁਕਾਨ ਹੈ ਜੋ ਸਵੇਰੇ ਕਦੋਂ ਦੁਕਾਨ ਖੋਲ੍ਹਦੇ ਆ ਅਤੇ ਉਸ ਤੋਂ ਬਾਅਦ ਚਾਕੂ ਦੇ ਇੱਕ ਨੌਜਵਾਨ ਆਉਂਦਾ ਨੌਜਵਾਨ ਤੋਂ ਬਾਅਦ ਚਾਕੂ ਦੇ ਨਾਲ ਵਾਰ ਕੀਤੇ ਜਾਂਦੇ ਨੇ ਅਸੀਂ ਇਸ ਬਾਰੇ ਗੱਲਬਾਤ ਕਰਦੇ ਹਾਂ ਅੰਕਲ ਕਿੰਨੇ ਵਜੇ ਦੀ ਇਹ ਕਰੀਬ ਘਟਨਾ ਹੈਗੀ ਦੱਸਦੇ ਨੇ ਵੀ ਪੂਰਾ 6:30 ਵਜੇ ਦੀ ਗੱਲ 6:30-7 ਵਜੇ ਦੀ ਗੱਲ ਅੱਛਾ ਕਿੰਨੇ ਜਣੇ ਆਉਂਦੇ ਨੇ ਇਹ ਨਹੀਂ ਪਤਾ ਮੈਂ ਤਾਂ ਦੂਰ ਸੀ ਅੱਛਾ ਜੀ ਹਾਂਜੀ ਕੀ ਗੱਲ ਹੋਈ ਸੀ 6:30 ਵਜੇ ਦਾ ਮੈਨੂੰ ਫੋਨ ਆਇਆ ਨਾ ਦਾ ਬਈ ਇਹਦੀ ਵੀਡੀਓ ਦੀ ਬਿਟੀਆ ਦਾ ਬਈ ਪਾਪਾ ਨੂੰ ਕੁਛ ਹੋ ਗਿਆ ਅਤੇ ਜਦੋਂ ਮੈਂ ਇੱਥੇ ਆਇਆ ਤਾਂ ਦੇਖਿਆ ਖੂਨ ਨਾਲ ਲੱਤ ਲੱਥ ਪੱਥ ਸੀਗੇ ਖੂਨ ਨਾਲ ਸਾਰੇ ਜ਼ਮੀਨ ਭਰੇ ਪਏ ਸੀਗੀ ਕੱਪੜੇ ਸਾਰੇ ਖੂਨ ਨਾਲ ਭਰੇ ਪਏ ਸੀ ਉਹਨਾਂ ਦੇ ਫਿਰ ਇਹਨਾਂ ਨੂੰ ਹੋਸਪਿਟਲ ਲੈ ਗਏ ਹੋਸਪਿਟਲ ਨੇ ਜਵਾਬ ਦੇ ਦਿੱਤਾ ਉਸ ਤੋਂ ਅਸੀਂ ਘਰ ਲੈ ਕੇ ਅੰਦਰ ਇਹਨਾਂ ਨੂੰ ਹੈ ਕੈਮਰੇ 'ਚ ਇੱਕ ਮੁੰਡਾ ਵੀ ਹੈਗਾ ਤਿੰਨ ਮੁੰਡੇ ਵੀ ਹੈਗੇ ਆ ਪਤਾ ਨਹੀਂ ਇੱਕ ਮੁੰਡਾ ਕਿ ਤਿੰਨ ਮੁੰਡੇ ਕਿਹੜੇ ਹੈਗੇ ਹਨ ਕੈਮਰੇ ਸਾਰੇ ਕੈਦ ਹੋਏ ਆ ਪੁਲਿਸ ਲੱਗਣ ਤਾਂ ਅਸੀਂ ਕੈਦ ਕਰ ਲਿਆ ਉਹਨਾਂ ਨੂੰ ਮਤਲਬ ਕਿ ਪਕੜ ਲਾਂਗੇ ਉਹਨਾਂ ਨੂੰ ਆਉਂਦੇ ਲੁੱਟ ਦੀ ਵਾਰ ਕਰਨ ਹੈ ਜਾਂ ਇਸ ਲੁੱਟਣ ਵਾਸਤੇ ਆਏ ਨੇ ਹੈ ਨਸ਼ੇੜੀ ਬੰਦੇ ਹੀ ਜਿਹੜੇ ਵੀ ਜੋ ਕੋਈ ਵੀ ਹੈਗਾ ਤੇ ਨਸ਼ੇੜੀ ਹੈ ਨਾ 2-4-5 ਹਜ਼ਾਰ ਰੁਪਏ ਕਰਨ ਵਾਲੇ ਬੰਦੇ ਕੋਲ ਕੀ ਹੋਏਗਾ ਹੈ ਤੇ ਕਰਨ ਵਾਲਾ ਬੰਦਾ ਹੀ ਹੈ ਬੰਦਾ ਰਾਜ ਸਵਾਮੀ ਬੰਦਾ ਵਾ ਕੀ ਉਹਦੇ ਕੋਲ ਕੀ ਲੈ ਲੈਣਾ ਉਹਨੇ ਬਸ ਇਹੀ ਹੈ ਕਦੀ ਪਹਿਲੇ ਕਦੀ ਦੇਖਿਆ ਉਸ ਨੂੰ ਕਦੀ ਦੇਖਿਆ ਨਹੀਂ ਇਹਨਾਂ ਨੇ ਇਹਨਾਂ ਨੂੰ ਪਤਾ ਹੀ ਹੋਏਗਾ ਨਾ ਇਹਨਾਂ ਕੋਈ ਗੱਲ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੋਵੇ ਮੇਰਾ ਸੱਕਾ ਸਾਂਡੂ ਹੈ ਮੇਰਾ ਨਹੀਂ ਤੁਹਾਡੇ ਉਹਨਾਂ ਦੇ ਵਾਈਫ ਦੇ ਨਾਲ ਕਹਿੰਦਾ ਕੋਈ ਇਹਦੇ ਗੱਲਬਾਤ ਨਹੀਂ ਹੈਗੀ ਕੋਈ ਚੀਜ਼ ਲੈਣ ਆਏ ਆ ਉਹਨਾਂ ਨੇ ਕੋਈ ਲੁੱਟ ਮਾਰ ਦੀ ਕੋਸ਼ਿਸ਼ ਕੀਤੀ ਹੈ ਪਹਿਲੇ ਦੁਕਾਨ ਤੇ ਕੋਈ ਚੀਜ਼ ਲੈਣ ਲਈ ਆਇਆ ਸੀ ਜਾਂ ਸਿੱਧਾ ਹੀ ਵਾਰ ਕਰ ਫੋਨ ਆਇਆ ਤਾਂ ਉਹਨਾਂ ਨੂੰ ਪਤਾ ਹੈਗਾ ਜਿਹਦੇ ਤੇ ਵਾਰ ਹੋਇਆ ਸਾਨੂੰ ਤਾਂ ਪਤਾ ਨਹੀਂ ਹੈਗਾ ਹੁਣ ਉਹਨਾਂ ਖੂਨ ਹੱਥ ਪਾਸੇ ਪਾਸੇ ਦੇ ਕੇ ਖੂਨ ਹੱਥ ਪਾਸੇ ਸੀਗੇ ਬਸ ਜੀ ਤੁਸੀਂ ਦੇਖ ਰਹੇ ਹੋ ਇਸ ਗੱਲ ਕੀ ਕਿੰਨੇ ਵਜੇ ਤੁਹਾਡੇ ਹਸਬੰਡ ਨੇ ਦੁਕਾਨ ਖੋਲੀ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋਈ ਕਿੱਦਾਂ ਤੁਹਾਨੂੰ ਪਤਾ ਲੱਗਿਆ 6:30 ਵਜੇ ਦੁਕਾਨ ਖੋਲੀ ਹੈ ਮੈਂ ਉੱਪਰ ਸਬਜ਼ੀ ਕੱਟਦੀ ਵੀ ਸੀ ਕੱਟ ਕੇ ਮੈਂ ਰਸੋਈ 'ਚ ਗਈ ਹਾਂ ਤੜਕਾ ਲਾਉਣ ਵਾਸਤੇ ਜਿੱਦਾਂ ਹੀ ਮੈਂ ਗੈਸ ਔਨ ਕੀਤੀ ਨਾ ਮੈਨੂੰ ਇੱਦਾਂ ਲੱਗਿਆ ਕਿ ਜਿਸ ਤਰ੍ਹਾਂ ਮੈਨੂੰ ਥੱਲਿਓ ਆਵਾਜ਼ ਪਈ ਹੈ ਮੈਂ ਗੈਲਰੀ 'ਤੇ ਜਾ ਕੇ ਪਹਿਲੇ ਮੈਂ 2 ਆਵਾਜ਼ਾਂ ਮਾਰੀਆਂ ਬਾਊ ਜੀ ਅੱਗੋਂ ਮੈਨੂੰ ਕੋਈ ਮਤਲਬ ਰਿਸਪੋਂਸ ਨਹੀਂ ਮਿਲਿਆ
मैं फटाफट दौड़ के थल्ले आई, आके जो मैं देखिया तो डिगे पे सी खून नाल पूरे, मतलब नुचड़े पे सी सारे, कंध दी ढास नाल मतलब बैठे सी। मैं हिलाया जुलाया, फिर मैं फटाफट टप के बाहर गई, एक दो गेट खड़काए कि कोई आओ कोई आओ आके मेरे नाल, ते फिर असी हॉस्पिटल लैके गए। किदो उथे कोई तेज किदा तुसी कहंदे पे हो खून नाल लिपटे पे सी, कोई तेज हथियार जां कुछ उथे पिया सी? नहीं, चप्पलां डिगियां होईयां, चप्पलां जेड़ा दौड़िया मार के उन्दियां चप्पलां पईयां। सुनीता राणी, हाँ जी, सवेरे 6:30 बजे दी, हाँ 6:15 तो 6:30 लुट दी वारते, हाँ गले चो पैसे गायब है, गले चो जिदा 2 दिन दी सेल हुंदी है शनि एतवार दी, वो पैसे गायब है। केड़ी दिन दा अड़े केड़ी वार दा तो? हाँ जी, दिन दी अड़े वार दा, हाँ सवेरे 6:30 तो 6:30 दी। तुसी देख रहे हो, मैं अपने कैमरामैन नूं कहांगा वो दिखाया जावे, पुलिस वल्लों जो है फिंगरप्रिंट दी टीमां बुलाईआं गईआं, जिस दे विच दिन दिहाड़े केड़ी है वारदात हुंदी है, लुटेरे लुट के मामले के जो इतने पहुँचती है लुट करके, तो उसके तेज हथियारों के नाल जो दुकानदार के मालक न जो मार के उस टाइम मौके तो चल जाता। सवेरे 6:30 बजे की एक घटना जो दसी जा रही है, दिन दिहाड़े कि वारदातं लगातार लुट खो दियाँ तो मर्डर दियाँ कि वारदातं सामने आ रही, जिस पुलिस ने गलबात की गई है। पुलिस का कहना है जो है इस मामले जो CCTV कैमरे के नौजवान जरूर भजदा नज़र आता, जिस तस्वीर भी असी तो दिखाई है। कैमरामैन देवराज के सोनू महाजन, जगबानी TV जलंधर।